ਤਰਨੋਲ ਦੇ ਕੋਲੋਂ ਲੰਘ ਰਹੇ ਸਨ ਤੇ ਮੈਨੂੰ ਯਾਦ ਆ ਗਿਆ ਵੀ ਸ਼ੇਖ ਰਸ਼ੀਦ ਸਾਹਿਬ ਦਾ ਫਾਰਮ ਹਾਊਸ ਹੈਗਾ ਇੱਥੇ, ਉੱਥੋਂ ਹੀ ਡਾਲਾ ਮੋੜਿਆ, ਐ ਕਰਕੇ ਮੈਂ ਵੜਿਆ ਉੱਥੇ। ਸ਼ੇਖ ਰਸ਼ੀਦ ਸਾਹਿਬ ਆਰਾਮ ਵਾਲੀ ਕੁਰਸੀ ਨਹੀਂ ਤੇ ਐਂ ਜਾਂਦੀ ਉਹਦੇ ਉੱਤੇ ਬੈਠੇ ਸਨ, ਮਾਰਿਆ ਸਲੂਟ ਮੈਂ ਤੇ ਡਰ ਗਏ ਨੇ, ਕਹਿੰਦੇ ਨਹੀਂ ਯਾਰ ਬੋਰ ਹੋ ਰਿਹਾ ਬੋਰ ਹੋ ਰਹੇ। ਮੈਂ ਕਿਹਾ ਸਰ ਜਦੋਂ ਦੀ ਹਕੂਮਤ ਗਈ ਹੈ ਨਾ ਤੁਸੀਂ ਵਾਕਈ ਬੜੇ ਬੋਰ ਹੋ ਰਹੇ ਹੋ। ਕਹਿੰਦੇ ਨੇ ਯਾਰ ਕੋਈ ਇੰਟਰਨੈਸ਼ਨਲ ਟੂਰ ਕਰਨੇ ਆ। ਮੈਂ ਕਿਹਾ ਸਰ ਤੁਸੀਂ ਹੈ ਇੰਟਰਨੈਸ਼ਨਲ ਆਦਮੀ ਹੋ। ਕਹਿੰਦੇ ਇੰਟਰਨੈਸ਼ਨਲ ਈਵੈਂਟ ਹੋਵੇ ਨਾ ਜਿੱਥੇ ਜਾਈਏ, ਤੇ ਤੁਹਾਨੂੰ ਪਤਾ ਵੀ ਇੰਟਰਨੈਸ਼ਨਲ ਈਵੈਂਟ ਦੇ ਵਿੱਚ ਇੱਕ ਹੀ ਬੰਦਾ ਮਕਬੂਲ ਹੈ। ਮੈਂ ਕਿਹਾ ਸਰ ਮੈਂ ਹੀ ਤੇ ਜਾਣਨਾ ਉਹਨਾਂ ਨੂੰ, ਮਾਸ਼ਾਅੱਲਾ ਆਸਫ ਅਲੀ ਜ਼ਰਦਾਰੀ ਸਾਹਿਬ ਦੀ ਗੱਲ ਕਰ ਰਹੇ ਹੋ। ਇਸ ਗੱਲ ਤੇ ਖਬਰੇ ਗੁੱਸਾ ਕੀਤਾ ਨੇ, ਮੈਨੂੰ ਕਹਿੰਦੇ ਨੇ ਹੱਥ ਸੁੱਟ। ਮੈਂ ਹੱਥ ਅੱਗੇ ਕੀਤਾ ਤੇ ਉਹਨਾਂ ਨੇ ਸਿਗਾਰ ਦੀ ਐ ਸੁੱਟੀ, ਮੈਂ ਕੀਤਾ। ਮੈਂ ਕਿਹਾ ਸਰ ਜੀ ਕੀ ਕਰ ਰਹੇ ਹੋ? ਕਹਿੰਦੇ ਨੇ ਮੈਂ ਆਪਣੀ ਗੱਲ ਕਰ ਰਿਹਾ, ਤੂੰ ਜ਼ਰਦਾਰੀ ਸਾਹਿਬ ਦੀ ਗੱਲ ਕਰ ਰਹੇ। ਮੈਂ ਕਿਹਾ ਨਹੀਂ ਸਰ ਮੈਂ ਬਹਿ ਤੁਸੀਂ ਹੋ। ਮੈਨੂੰ ਕਹਿੰਦੇ ਨੇ ਯਾਰ ਕੋਈ ਇੰਟਰਨੈਸ਼ਨਲ ਇਵੈਂਟ? ਮੈਂ ਕਿਹਾ ਸਰ ਓਲੰਪਿਕ ਤੇ ਆ, ਹੁਣ ਖਤਮ ਹੋਏ ਨੇ, ਪਹਿਲੇ ਦੱਸਦੇ ਤੇ ਅਸੀਂ ਜਾ ਸਕਦੇ ਸਾਂ। ਉਹ ਕਹਿੰਦੇ ਨੇ ਓਲੰਪਿਕਸ ਨਹੀਂ ਨਿਰਗੋਲੀ, ਕੋਈ ਸ਼ਾਦੀ ਦਾ ਫੰਕਸ਼ਨ ਹੋਵੇ, ਜਾ ਕੇ ਉੱਥੇ ਮਜ਼ੇ ਮਜ਼ੇ ਦੇ ਖਾਣੇ ਖਾਈਏ, ਨਾਲੇ ਨਾਲ ਗੱਪ ਸ਼ੱਪ ਕਰੀਏ। ਇਹ ਕਹਿੰਦੇ ਨੇ ਪਿੱਛੇ ਅੰਬਾਨੀ ਹੋਰਾਂ ਦੀ ਸ਼ਾਦੀ ਨਹੀਂ ਉਹਦੇ ਬੱਚੇ ਦੀ, ਹਾਂ ਉੱਥੇ ਜਾਂਦੇ ਏਡਾ ਮਜ਼ਾ ਆਉਣਾ ਸੀ। ਅੱਛਾ, ਉਹਨਾਂ ਨੇ ਵੇਖੋ ਸਾਨੂੰ ਬੁਲਾਇਆ ਹੀ ਨਹੀਂ। ਸ਼ੇਖ ਰਸ਼ੀਦ ਸਾਹਿਬ ਅੰਬਾਨੀ ਕੀ ਵੈਡਿੰਗ ਤੇ? ਹਾਂਜੀ। ਮੈਂ ਕਿਹਾ ਸਰ ਅਸੀਂ ਉੱਥੇ ਜਾ ਕੇ ਕੀ ਕਰਨਾ ਸੀ? ਕਹਿੰਦਾ ਲੈ ਏਡਾ ਮਜ਼ਾ ਆਉਣਾ ਸੀ ਉੱਥੇ ਜਾ ਕੇ, ਲਾਲੂ ਪ੍ਰਸ਼ਾਦ ਯਾਦੇ ਨਾਲ ਐਂ ਕਰਕੇ ਹੱਥ ਮਿਲਾਉਂਦੇ, 5-7 ਵਾਰੀ ਮੈਂ ਐਂ ਐਂ ਕਰਨਾ ਸੀ। ਉਹਨੂੰ ਪਤਾ ਲੱਗਣਾ ਸੀ ਕਿ ਪਾਕਿਸਤਾਨੀ ਦੇ ਬਾਜ਼ੂ ਵਿੱਚ ਕਿੰਨੀ ਤਾਕਤ ਹੁੰਦੀ। ਉੱਥੇ ਕਹਿੰਦੇ ਨੇ ਮਾਧੁਰੀ ਦੀਕਸ਼ਿਤ ਸਾਹਿਬਾਂ ਨਾਲ ਮੁਲਾਕਾਤ ਹੁੰਦੀ, ਅੱਖਾਂ 4 ਹੁੰਦੀਆਂ, ਉਹਨਾਂ ਨੂੰ ਪਤਾ ਲੱਗਦਾ ਵੀ ਸ਼ੇਖ ਰਸ਼ੀਦ ਸਾਹਿਬ ਕੀ ਸ਼ਖਸੀਅਤ ਨੇ। ਉੱਥੇ ਰੇਖਾ ਜੀ ਜਾ ਰਹੇ ਹੁੰਦੇ, ਮੈਂ ਹਲਕਾ ਜਿਹਾ ਉਹਨਾਂ ਨੂੰ ਮੋਢਾ ਮਾਰਦਾ, ਪਿੱਛੇ ਮੁੜ ਕੇ ਮੈਨੂੰ ਕਹਿੰਦੀ ਆਪਕੋ ਕਹੀਂ ਦੇਖਾ ਹੁਆ ਹੈ? ਉੱਥੇ ਕਹਿੰਦੇ ਨੇ ਕਿਮ ਕਾਰਡੇਸ਼ਨ ਆਈ ਹੋਈ ਸੀ, ਕਿਮ ਕਾਰਡੇਸ਼ਨ ਵੱਡਾ ਗਰਾਰਾ ਉਹਨੇ ਏਡਾ ਸੋਹਣਾ ਪਾਇਆ, ਕਾਸ਼ ਉਹ ਲੰਘ ਰਹੀ ਹੁੰਦੀ, ਮੇਰਾ ਗਰਾਰੇ ਤੇ ਪੈਰ ਆਉਂਦਾ ਸਲੋ ਮੋਸ਼ਨ ਦੇ ਵਿੱਚ, ਉਹ ਇੰਜ ਕਰਕੇ ਮੁੜਦੀ, ਉਹਦਾ ਮੇਰੇ ਤੇ ਧਿਆਨ ਪੈਂਦਾ ਤੇ ਉਹ ਕਹਿੰਦੀ ਆਪ ਕੋਈ ਬੜੀ ਸ਼ਖਸੀਅਤ ਹੈ। ਮੈਨੂੰ ਗੁੱਸਾ ਆਇਆ ਉਹਨਾਂ ਦੇ ਖਾਨਾ ਤੇ, ਯਾਰ ਤਿੰਨ ਖਾਨ ਕੈਸਾ ਸਤਹੀ ਜਿਹਾ ਡਾਂਸ ਕੀਤਾ ਜੀ, ਅੱਛਾ ਸਾਰਾ ਮਜ਼ਾ ਨਹੀਂ ਆਇਆ। ਨਹੀਂ ਮੈਂ ਕਿਹਾ ਇਹ ਤੇ ਹੈ ਸਰ, ਜਿਹੜੀ ਵੀ ਸ਼ਾਦੀ ਤੇ ਤੁਸੀਂ ਗਏ ਲੋਕਾਂ ਨੇ ਤੁਹਾਡੀ ਰਿਸਪੈਕਟ ਬੜੀ ਕੀਤੀ ਹੈ। ਮੈਂ ਕਿਹਾ ਸਰ ਸੱਚੀ ਸੱਚੀ ਦੱਸਣਾ, ਸ਼ਾਦੀ ਕਰਾਉਣ ਨੂੰ ਤਾਂ ਨਹੀਂ ਦਿਲ ਕਰ ਰਿਹਾ ਯਾਰ, ਬੜੇ ਅੱਛੇ ਨੇ। ਮੈਂ ਕਿਹਾ ਸਰ ਇੱਕ ਵਾਰੀ ਤੁਸੀਂ ਰਾਜ਼ੀ ਹੋ ਜਾਓ ਨਾ ਸ਼ਾਦੀ ਦੇ ਉੱਤੇ ਤੇ ਮੈਂ ਦੁਨੀਆ ਭਰ ਦੀਆਂ ਸੈਲੈਬ੍ਰਿਟੀਆਂ ਉੱਥੇ ਬੁਲਾਵਾਂ, ਉੱਥੇ ਮੈਂ ਉਹ ਬੰਦੇ ਬੁਲਾਵਾਂ, ਉੱਥੇ ਮੈਂ ਉਹ ਬੰਦੇ ਬੁਲਾਵਾਂ, ਉੱਥੇ ਮੈਂ ਉਹ ਬੰਦੇ ਵੀ ਬੁਲਾਵਾਂ। ਉਹ ਕਹਿੰਦੇ ਨੇ ਅੱਲਾ ਦਾ ਵਾਸ ਹੈ ਉਹਨਾਂ ਬੰਦੇ ਨੂੰ ਨਾ ਬੁਲਾਈ, ਉਹ ਫਿਰ ਮੈਨੂੰ ਬੁਲਾ ਲੈਂਦੇ ਨੇ। ਮੈਂ ਫਿਰ ਕਿੱਥੇ ਮੁਨੀਬ ਫਾਰੂਕ ਨੂੰ ਬੁਲਾ ਕੇ ਇੰਟਰਵਿਊ ਦਿੰਦਾ ਫਿਰਾਂਗਾ ਫਿਰ? ਹਾਂ ਉਹ ਮਾਸ਼ਾਅੱਲਾ ਸਾਰੇ ਵਾਲੇ ਬੱਗਾ ਸਾਹਿਬ, ਨਹੀਂ ਨਹੀਂ ਅਲੀ ਆਸਫ ਬੱਗਾ ਸਾਹਿਬ ਮੇਰੇ ਬੜੇ ਬੈਸਟ ਫਰੈਂਡ ਸਰਗੋਧੇ ਦੇ ਹੈਗੇ ਨੇ ਮਾਸ਼ਾਅੱਲਾ। ਯਾਰ ਇੰਨੀ ਖਿਦਮਤ ਕਰਦੇ ਨੇ, ਖਰੇ ਕਿਹਨਾਂ ਦੀ ਕਰਦੇ ਨੇ ਭਾਈ? ਉਸ ਇਲਾਕੇ 'ਚ ਬੜੀ ਖਿਦਮਤ ਇਹਨਾਂ ਨੇ ਕੀਤੀ। ਅਗਲੀ ਵਾਰੀ ਨਾਲੇ ਸੀਐਮ ਬਣੇ, ਉਸ ਤੋਂ ਬਾਅਦ ਪੀਐਮ, ਫਿਰ ਪ੍ਰੈਜ਼ੀਡੈਂਟ, ਉਸ ਤੋਂ ਬਾਅਦ 11 ਸਾਲ ਜੇਲ੍ਹ।
ਜੇਲ ਜਾਣਗੇ ਤੇ ਸਿਆਸਤ ਸਿੱਖਣਗੇ, ਨਾਲੇ ਉੱਥੇ ਕਿਹੜੀ ਟੈਨਸ਼ਨ ਹੋਣੀ ਹੈ ਬਈ, ਬਿਰਾਦ ਤੁਹਾਡਾ ਉੱਥੇ ਹੋਣਾ ਹੀ ਹੋਣਾ। ਓ ਮਾਸ਼ਾਅੱਲਾ, ਇਹ ਤੇ ਹੈਗੇ ਨੇ ਰਿਦਾ ਕੈਸਰ ਪੀਆ ਸਾਹਿਬਾ। ਕੈਸਰ ਪੀਆ ਨਹੀਂ, ਸਿਰਫ ਰਿਦਾ ਕੈਸਰ ਹੈ। ਸੌਰੀ 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 ਸੌਰੀ, ਨਹੀਂ ਨਹੀਂ ਨਹੀਂ, ਆ ਰਿਦਾ ਕੈਸਰ ਸਾਹਿਬਾ। ਔਰ ਇਸ ਵੇਲੇ ਟਾਪ ਮਾਡਲ ਨੇ, ਪਾਕਿਸਤਾਨ ਦਾ ਬੜਾ ਨਾਮ ਇਹਨਾਂ ਨੇ ਮਾਸ਼ਾਅੱਲਾ। ਸਰ ਜੀ ਇੱਕ ਤਸਵੀਰ ਦੇ ਦਿਓ, ਕਿਉਂਕਿ ਪਿਛਲੀਆਂ ਪੁਰਾਣੀਆਂ ਤਸਵੀਰਾਂ ਜਿਹੜੀਆਂ ਨਾ ਜੀ, ਉਹ ਹੁਣ ਤੁਹਾਡੇ ਨਾਲ ਮੈਚ ਨਹੀਂ ਕਰ ਰਹੇ। 0 ਮੀਟਰ ਫੋਟੋ ਕਰਵਾਉਣੀ ਚਾਹੀਦੀ ਹੈ ਸਨ 2024 ਦੀ। ਫੋਟੋ ਆਈ ਹੈ ਉਹ ਸਰ ਦੁਬਾਰਾ ਬਣਾਉਣੀ ਪੈਣੀ, ਮੇਰੇ ਖਿਆਲ ਮੇਰੀ ਆ ਗਈ। ਵੈਲਕਮ ਬੈਕ ਟੂ ਗੱਪਸ਼ਪ ਜੀ। ਅਸਲਾਮ ਅਲੈਕੁਮ, ਮਾਈ ਨੇਮ ਇਜ਼ ਪ੍ਰਭਜੋਤ ਕੌਰ। ਮੇਰਾ ਸਵਾਲ ਮੈਡਮ ਸੇ ਹੈ ਕਿ ਆਪਕੇ ਮੁਤਾਬਿਕ ਇੱਕ ਕਾਮਯਾਬ ਮਾਡਲ ਬਣਨੇ ਕੇ ਲਈ ਕਿਸ ਖੂਬੀ ਕਾ ਹੋਣਾ ਜ਼ਰੂਰੀ ਹੈ? ਕਿਸ ਖੂਬੀ ਕਾ ਹੋਣਾ ਜ਼ਰੂਰੀ ਹੈ? ਮੈਨੂੰ ਲੱਗਦਾ ਹੈ ਆਪਕੋ ਸਭਸੇ ਜ਼ਿਆਦਾ ਜੋ ਚੀਜ਼ ਮੈਟਰ ਕਰਤੀ ਹੈ ਨਾ, ਵੋ ਹੈ ਕੋਨਫੀਡੈਂਸ। ਯੈਸ, ਯੂ ਸ਼ੁਡ ਬੀ ਕੋਨਫੀਡੈਂਟ ਐਂਡ ਯੂ ਸ਼ੁਡ ਬਿਲੀਵ ਇਨ ਯੋਰ ਸੈਲਫ, ਤਾਂ ਫਿਰ ਆਪ ਕੁਛ ਵੀ ਕਰ ਸਕਦੇ। ਸਿਰਫ ਕੋਨਫੀਡੈਂਸ ਵੀ ਹੋ ਤਾਂ ਆਪ ਬਸ ਬਣ ਜਾਏਂਗੇ। ਬਿਲਕੁਲ, ਮਤਲਬ ਇਹਨਾਂ ਸਿਰਫ ਕੌਨਫੀਡੈਂਸ ਹੋ ਤੇ ਮਾਡਲ ਬਣ ਜਾਏਗੇ? ਬਿਲਕੁਲ ਸਰ, ਮੇਰੇ ਕੋਲ ਕੌਨਫੀਡੈਂਸ ਹੈ, ਸੀ ਉਹ ਫਵਾਦ ਖਾਨ ਇਧਰ ਉਧਰ ਕਰਦਾ ਜੀ। ਜੀ ਕੁਐਸਚਨ ਕਿਨ ਕਾ ਹੈ? ਜੀ ਜੀ ਭਾਈ, ਅਸਲਾਮ ਅਲੈਕੁਮ ਸਰ, ਮੇਰਾ ਨਾਮ ਮੁਹੰਮਦ ਅਮੀਰ ਹਮਜ਼ਾ ਹੈ ਔਰ ਮੇਰਾ ਕੁਐਸਚਨ ਆਪਸੇ ਹੈ ਕਿ ਅਗਰ ਪੰਜਾਬ ਮੇਂ ਆਪਕੀ ਹਕੂਮਤ ਬਣਤੀ ਹੈ, ਮਤਲਬ PTI ਕੀ ਹਕੂਮਤ ਬਣਤੀ ਹੈ, ਤੋ ਸ਼ਾਹ ਮਹਿਮੂਦ ਕੁਰੇਸ਼ੀ ਔਰ ਪਰਵੇਜ਼ ਇਲਾਹੀ ਮੇਂ ਸੇ ਵਜ਼ੀਰ ਆਲਾ ਕੇ ਲਈ ਆਪਕੇ ਲਈ ਬੈਸਟ ਆਪਸ਼ਨ ਕੌਨ ਸੇ? ਦੋਨੋਂ ਬਹੁਤ ਸੀਨੀਅਰ ਲੀਡਰਸ ਹੈ ਹਮਾਰੇ ਔਰ ਬਹੁਤ ਹੀ ਤਜਰਬਾਕਾਰ ਲੋਕ ਹੈ। ਮੈਂ ਤਾਂ ਸਮਝਦਾ ਹਾਂ ਇਨਮੇਂ ਸੇ ਜੋ ਵੀ ਹੋਗਾ ਵੋ ਪੰਜਾਬ ਕੋ ਇਨਸ਼ਾਅੱਲਾ ਬਹੁਤ ਬਿਹਤਰੀ ਕੀ ਤਰਫ ਲੈ ਕੇ ਜਾ ਸਕਤਾ ਹੈ, ਲੇਕਿਨ ਯੇ ਡਿਸੀਜਨ ਹਮਾਰੇ ਲੀਡਰ ਇਮਰਾਨ ਖਾਨ ਸਾਹਿਬ ਕਰ ਸਕਤੇ ਹੈਂ ਕਿ ਇਨਮੇਂ ਸੇ ਕੌਣ ਬਿਹਤਰ ਹੈ। ਮੇਰੀ ਨਜ਼ਰ ਮੇਂ ਯੇ ਦੋਨੋਂ ਬਹੁਤ ਸੀਨੀਅਰ ਹੈ ਔਰ ਕੰਪੀਟੈਂਟ ਲੋਕ ਹੈ। ਚੌਧਰੀ ਪਰਵੇਜ਼ ਇਲਾਹੀ ਸਾਹਿਬ ਕਾ ਟੈਨਰ ਆਪ ਆਲਰੇਡੀ ਦੇਖ ਚੁੱਕੇ ਹੈਂ, ਸ਼ਾਹਮੁਦ ਗਰੇ ਸਾਹਿਬ ਵੀ ਹਮਾਰੇ ਬੜੇ ਸੀਜ਼ਨ ਪੋਲੀਟੀਸ਼ਨ ਹੈ ਔਰ ਇਨਸ਼ਾਅੱਲਾ ਦੋਨੋਂ ਮੇਂ ਸੇ ਜੋ ਵੀ ਹੋਗਾ ਬੜਾ ਅੱਛਾ ਹੋਗਾ। ਜੀ ਜੀ ਮੈਮ। ਅਸਲਾਮ ਅਲੈਕੁਮ, ਮੇਰਾ ਨਾਮ ਨੀਬਾ ਰਿਆਜ਼ ਹੈ। ਮੇਰਾ ਕੁਐਸਚਨ ਮੈਮ ਸੇ ਹੈ। ਮੈਮ, ਆਪ ਮੋਡਿੰਗ ਇੰਡਸਟਰੀ ਮੇਂ ਕਿਸੀ ਇੱਕ ਚੀਜ਼ ਕੋ ਚੇਂਜ ਕਰਨਾ ਚਾਹੇਂ ਤੋ ਆਪ ਕੌਨ ਸੀ ਚੀਜ਼ ਚੇਂਜ ਕਰੇਂਗੇ? ਦੈਟਸ ਅ ਵੈਰੀ ਗੁੱਡ ਕੁਐਸਚਨ। ਵੈਲ, ਮੈਂ ਸ਼ਾਇਦ ਨਿਊ ਬੀਜ਼ ਕੇ ਲੀਏ ਜ਼ਿਆਦਾ ਆਸਾਨੀ ਪੈਦਾ ਕਰਨਾ ਚਾਹੂੰਗੀ, ਕਿਉਂਕਿ ਮੈਨੂੰ ਐਸਾ ਲੱਗਤਾ ਹੈ ਜੋ ਨਿਊ ਲੋਕ ਆਤੇ ਹੈ ਵੋ ਆਜ ਵੀ ਸਟਰਗਲ ਕਰਤੇ ਹੈ। ਬੇਸ਼ੱਕ ਸੋਸ਼ਲ ਮੀਡੀਆ ਕਾ ਜ਼ਮਾਨਾ ਹੈ, ਲੋਕੋਂ ਕੋ ਐਸਾ ਲੱਗਤਾ ਹੈ ਕਿ ਸੋਸ਼ਲ ਮੀਡੀਆ ਕੀ ਵਜ੍ਹਾ ਸੇ ਚੀਜ਼ੇ ਆਸਾਨ ਹੋ ਗਈ ਹੈ, ਜੋ ਕਿ ਬੇਸ਼ੱਕ ਹੋਈ ਹੈ, ਲੇਕਿਨ ਫਿਰ ਵੀ ਥੋੜ੍ਹਾ ਸਾ ਵਹਾਂ ਤੱਕ ਆਨੇ ਕੇ ਲੀਏ ਆਪਕੋ ਕੁਛ ਮੁਸ਼ਕਿਲਾਂ ਕਾ ਸਾਹਮਣਾ ਕਰਨਾ ਪੜਤਾ ਹੈ। ਜੀ ਕੁਐਸਚਨ। ਅਸਲਾਮ ਅਲੈਕੁਮ ਸਰ, ਮੇਰਾ ਨਾਮ ਹੁਜ਼ੈਫਾ ਆਯਾਨ ਹਾਸ਼ਮੀ ਹੈ। ਸਰ, ਮੇਰਾ ਆਪਸੇ ਸਵਾਲ ਥਾ, ਜਬ ਵੀ ਕਿਸੀ ਸਿਆਸਤਦਾਨ ਸੇ ਪੁੱਛਾ ਜਾਤਾ ਹੈ ਮਸਾਇਲ ਕੇ ਬਾਰੇ ਮੇਂ ਕਿ ਇਸ ਮਸਾਇਲ ਕਾ ਹੱਲ ਕਿਉਂ ਨਹੀਂ ਕਰ ਰਹੇ ਆਪ, ਤੋ ਵੋ ਉਸਕਾ ਹੱਲ ਕਰਨੇ ਕੀ ਬਜਾਏ ਆਪਣੇ ਹੀ ਮਸਾਇਲ ਕੇ ਬਾਰੇ ਮੇਂ ਬਾਤ ਕਰਨਾ ਸ਼ੁਰੂ ਕਰ ਦਿੱਤੇ ਹੈ, ਤੋ ਵੋ ਐਸਾ ਕਿਉਂ ਕਰਤੇ ਹੈਂ? ਅਗਰ ਉਨਸੇ ਸਿਰਫ ਆਪਣੇ ਮਸਾਇਲ ਨਹੀਂ ਹੱਲ ਹੋ ਰਹੇ ਤੋ ਵੋ ਮੁਲਕ ਕੇ ਮਸਾਇਲ ਕੈਸੇ ਹੱਲ ਕਰੇਂਗੇ, ਚਾਹੇ ਵੋ ਕਿਸੀ ਵੀ ਪਾਰਟੀ ਸੇ ਤਾਲੁਕ ਰੱਖਤੇ ਹੋਂ। ਯਹ ਬਾਤ ਆਪਕੀ ਠੀਕ ਹੈ ਕਿ ਅਗਰ ਐਸਾ ਹੋਤਾ ਤੋ ਐਸਾ ਨਹੀਂ ਹੋਣਾ ਚਾਹੀਏ। ਸਿਆਸਤਦਾਨ ਸੇ ਜਬ ਆਪ ਮੁਲਕ ਕੇ ਮਸਾਇਲ ਪੇ ਬਾਤ ਕਰਤੇ ਹੈ ਤੋ ਉਸਕੇ ਪਾਸ ਉਸਕਾ ਸੋਲੂਸ਼ਨ ਹੋਣਾ ਚਾਹੀਏ, ਉਸਕੋ ਸੋਲੂਸ਼ਨ ਪੇ ਹੀ ਬਾਤ ਕਰਨੀ ਚਾਹੀਏ। ਲੇਕਿਨ ਬਾਜ਼ ਦਫਾ ਜਬ ਵੋ ਆਪਣੇ ਪਰਸਨਲ ਮਸਾਇਲ ਕੀ ਬਾਤ ਬਜ਼ਾਹਿਰ ਕਰ ਰਹਾ ਹੋਤਾ ਹੈ ਤੋ ਵੋ ਪਰਸਨਲ ਨਹੀਂ, ਵੋ ਵੀ ਇਨ ਅ ਵੇ ਕਨੈਕਟਡ ਹੋਤੇ ਹੈ। ਫੋਰ ਐਗਜ਼ਾਮਪਲ, ਅਭੀ ਇਸ ਵਕਤ ਹਮਾਰੀ ਪਾਰਟੀ ਕੇ ਸਾਥ, ਹਮਾਰੇ ਲੋਕੋਂ ਕੇ ਸਾਥ ਜੋ ਹੋ ਰਹਾ ਹੈ, ਜੋ ਸੋਲੂਸ਼ਨ ਹੈ, ਜੋ ਆਪਕੇ ਮਸਾਇਲ ਕਾ ਹੱਲ ਹੈ, ਜੋ ਮੁਲਕ ਕੇ ਮਸਾਇਲ ਕਾ ਹੱਲ ਹੈ, ਉਸ ਤਰਫ ਤੋਂ ਬਾਤ ਆਨੇ ਨਹੀਂ ਦੀ ਜਾ ਰਹੀ। ਫਿਲਹਾਲ ਤੋ ਇੱਕ ਐਸੀ ਸਿਚੁਏਸ਼ਨ ਹਮ ਕਹਤੇ ਹੈ ਕਿ ਇੱਕ ਸਿਸਟਮ ਜੋ ਹੈ ਵੋ ਨਾਫਿਜ਼ ਹੋ ਜਾਏ ਔਰ ਉਸਕੇ ਮੁਤਾਬਿਕ ਕਾਮ ਸ਼ੁਰੂ ਹੋ ਜਾਏ, ਤੋ ਫਿਰ ਆਪ ਪ੍ਰੋਬਲਮਸ ਕੇ ਸੋਲੂਸ਼ਨਸ ਕੋ ਸਜੈਸਟ ਕਰਤੇ ਹੈ ਔਰ ਉਨਕੀ ਇੰਪਲੀਮੈਂਟੇਸ਼ਨ ਔਰ ਉਨਕੀ ਐਗਜ਼ੀਕਿਊਸ਼ਨ ਕੀ ਤਰਫ ਜਾਤੇ ਹੈ। ਤੋ ਇਸ ਵਕਤ ਜੋ ਹਮਾਰਾ ਮਸਲਾ ਹੈ ਬੇਸਿਕਲੀ, ਦੈਟ ਇਜ਼ ਦਾ ਪ੍ਰੋਬਲਮ ਜੋ ਕਿ ਹਮੇ ਜਾਂ ਇਸ ਮੁਲਕ ਕੋ ਆਪਣੇ ਅਸਲ ਮਸਾਇਲ ਕੇ ਹੱਲ ਕੀ ਤਰਫ ਨਹੀਂ ਜਾਣੇ ਦੇ ਰਹਾ। ਵੋ ਮਸਲਾ ਇਹ ਹੈ ਕਿ ਹਮ ਕਹਤੇ ਹੈ ਕਿ ਜੋ ਲੋਕੋਂ ਕਾ ਅਸਲ ਮੈਂਡੇਟ ਹੈ, ਜੋ ਜਿਨ ਲੋਕੋਂ ਕੋ ਉਨ੍ਹੋਂ ਨੇ ਦਿਆ ਹੈ, ਪਾਕਿਸਤਾਨ ਕੀ ਆਵਾਮ ਨੇ ਦਿਆ ਹੈ, ਉਨ ਲੋਕੋਂ ਕੋ ਹਕੂਮਤ ਦੀ ਜਾਏ ਔਰ ਉਨਕੋ ਉਨ ਮਸਾਇਲ ਕਾ ਹੱਲ ਕਰਨੇ ਦਿਆ ਜਾਏ ਜੋ ਕਿ ਲੋਕੋਂ ਕੇ ਰੀਅਲ ਮਸਾਇਲ ਹੈ ਔਰ ਜੋ ਲੋਕ ਸਮਝਤੇ ਹੈ ਕਿ ਯਹੀ ਵੋ ਲੋਕ ਹੈ ਜੋ ਹਮਾਰੇ ਮਸਾਇਲ ਕਾ ਹੱਲ ਕਰ ਸਕਤੇ ਹੈ। ਜਬ ਆਪ ਇੱਕ ਫੇਕ ਗਵਰਨਮੈਂਟ ਕੋ, ਇੱਕ ਧਾਂਧਲੀ ਜ਼ਦਾ ਪਾਰਟੀ ਕੋ ਜਾਂ ਲੋਕੋਂ ਕੋ ਆਪ ਮੈਂਡੇਟ ਦੇ ਕੇ ਬਿਠਾ ਦੇਤੇ ਹੈ, ਤੋ ਉਸਕੀ ਸਾਰੀ ਤਵੱਜੋ ਆਪਕੀ ਤਵੱਜੋ ਕੋ ਅਸਲ ਮਸਾਇਲ ਸੇ ਹਟਾਨੇ ਕੇ ਲਈ, ਡਿਸਟ੍ਰੈਕਟ ਕਰਨੇ ਕੇ ਲਈ ਹੋਗੀ, ਵੋ ਅਸਲ ਮਸਾਇਲ ਕੇ ਹੱਲ ਕੀ ਤਰਫ ਜਾ ਹੀ ਨਹੀਂ ਸਕੇਂਗੇ। ਤੋ ਇਨ ਅ ਵੇ
ہمارے جو مسائل جن کی ہم بات کرتے ہیں دے آر لنکڈ ٹو دا سولوشن آف دا پرابلم آف دس کنٹری.